ਅਸਲਾਮ ਅਲੈਕੁਮ ਰਹਿਮਤੁਲਾਹੀ ਵਬਰਕਾਤੂ। ਜਨਾਬ ਭਾਈ ਦੋਸਤਾਂ ਦੀ ਫਰਮਾਇਸ਼ 'ਤੇ ਮਾਸ਼ਾਅੱਲਾ ਤਿੰਨ ਬੱਚੇ ਲਈ ਬੱਕਰੀਆਂ ਲਿਆਉਂਦੇ ਹਨ ਅਤੇ ਵੀਡੀਓ ਦੇ ਨਾਲ ਮੈਂ ਵੀਡੀਓ ਨੂੰ ਸਕਿਪ ਨਾ ਕਰਿਆ ਕਿ ਇਨਸ਼ਾਅੱਲਾ ਭਾਈਆਂ ਨੂੰ ਅੱਛੀ ਤਰ੍ਹਾਂ ਇਨਫੋਰਮੇਸ਼ਨ ਹੋਸੀ। ਨਾਲ ਮੇਰੀ ਇੱਕ ਛੋਟੀ ਜਿਹੀ ਗੁਜ਼ਾਰਿਸ਼ ਹੈ ਕਿ ਜਿਹੜੇ ਮੇਰੇ ਦੋਸਤ ਇਸ ਚੈਨਲ 'ਤੇ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਨਾਲ ਹੀ ਬੈਲ ਆਈਕਨ ਦਬਾ ਦਿਓ ਕਿ ਇਸ ਤਰ੍ਹਾਂ ਦੀ ਪਿਆਰੀ ਤੋਂ ਪਿਆਰੀ ਵੀਡੀਓ ਬਆਸਾਨੀ ਬਰਾਮਦ ਤੱਕ ਪਹੁੰਚ ਸਕੇ। ਅਤੇ ਮਾਸ਼ਾਅੱਲਾ ਪਾਠ ਚੈੱਕ ਕਰੋ, ਬਿਲਕੁਲ ਤੋਤਾ ਫੇਸ ਹੈ ਚੀਨੇ ਔਰ ਹੁਸਨ ਵਾਲੀ ਚੀਜ਼ ਨੇ ਪਿਓਰ ਮਦਰਸਾ ਨਸਲ ਦੀ ਮਾਸ਼ਾਅੱਲਾ ਬੱਕਰੀ ਹੈ। ਕਿਆ ਹੁਸਨ ਦੀ ਮਾਸ਼ਾਅੱਲਾ ਅਖੀਰ ਹੋ ਗਈ ਨੇ ਮਾਸ਼ਾਅੱਲਾ, ਬਿਲਕੁਲ ਤੋਤਾ ਫੇਸ। ਤੇ ਬੜੇ ਦੋਸਤ ਫਰਮਾਇਸ਼ ਵੀ ਕਰਦੇ ਨੇ ਕਿ ਫੌਜੀ ਭਾਈ ਤੋਤਾ ਫੇਸ ਚ ਲਿਆਓ ਔਰ ਚੰਗੀ ਜਾਲਰ ਨਕੋੜੇ ਚ ਲਿਆਓ। ਤੇ ਲਓ ਜਨਾਬ ਕੋਈ ਚੌਕੀ ਛਿੱਕੀ ਦੁੰਦੀ ਵੀ ਨੇ ਵੀਰਾ, ਖੀਰੀ ਪਾਠੀ ਨੇ ਔਰ ਚੰਗੇ ਹਾਈਟ ਕਾਰ ਦੇ ਵਿੱਚ। ਤੇ ਲਓ ਵੀਰਾ ਪਹਿਲੇ ਸੂਬੇ ਦੇ ਵਿੱਚ ਹੀ ਹਵਾਨਾ ਚੱਡਾ ਮਾਸ਼ਾਅੱਲਾ ਚੈੱਕ ਕਰੋ, ਇਤਨਾ ਮਾਸ਼ਾਅੱਲਾ ਹਵਾਨਾ ਚੱਡਾ ਪਹਿਲੇ ਸੂਬੇ ਚ ਹੀ ਬੜਾ ਮਾਇਨੇ ਰੱਖਦਾ ਹੈ ਔਰ ਤਾਜ਼ਾ ਸੂਈ ਹੈ ਜਨਾਬ 4 ਤੋਂ 5 ਦਿਨਾਂ ਦੀ। ਤੇ ਗੰਦ ਲੱਗਾ ਨਾਲ ਪ੍ਰੂਫ ਵੀ ਤੁਹਾਨੂੰ ਦੇ ਰਿਹਾ। ਤੇ ਮਾਸ਼ਾਅੱਲਾ 1.5 ਲੀਟਰ ਦੁੱਧ ਦਿਸੂ ਮਾਸ਼ਾਅੱਲਾ 2 ਟਾਈਮਾਂ ਦਾ। ਤੇ ਲਓ ਵੀਰਾ ਦੂਰ ਰੱਖ ਕੇ ਵੀਡੀਓ ਬਣਾ ਕੇ ਚੈੱਕ ਕਰਵਾ ਰਿਹਾ ਕਿ ਚੰਗੇ ਹਾਈਟ ਕੱਦ ਦੇ ਵਿੱਚ ਹੀ ਨੇ ਮਾਸ਼ਾਅੱਲਾ, ਹੁਸਨ ਵਾਲੀ ਚੀਜ਼ ਨੇ। ਚਲੋ ਚੰਗੇ ਹਾਈਟ ਕੱਦ ਦੇ ਚ, ਛੋਟੇ ਮੋਟੇ ਹਾਈਟ ਕੱਦ ਦੇ ਵੀਰਾ ਬਿਲਕੁਲ ਨਹੀਂ ਸਮਝਿਆ ਪਿਆ। ਤੇ ਔਰ ਮਾਸ਼ਾਅੱਲਾ ਤੋਤਾ ਫੇਸ ਚ ਪਈ ਔਰ ਬਿਲਕੁਲ ਚਿਪਟੇ ਸਿੰਘ, ਚੰਗੀ ਲੰਬੀ ਵੇਰ, ਲੰਬੀ ਗਰਦਨ ਦੇ ਵਿੱਚ ਔਰ ਮਾਸ਼ਾਅੱਲਾ ਉਹ ਨਸਲ ਹੈ ਜਿਹੜੀ ਜਨਾਬ 40-40 ਇੰਚ ਮਾਸ਼ਾਅੱਲਾ ਆਰਾਮ ਨਾਲ ਹਾਈਟ ਕੱਦ ਵੀ ਕਰ ਜਾਂਦੀ ਹੈ। ਇਸ ਟਾਈਮ ਮੌਜੂਦਾ ਜਿਹੜਾ ਦੁੱਧ ਹੈ ਵੀਰਾ 1.5 ਕਿਲੋ ਦੁੱਧ ਹੈ 2 ਟਾਈਮਾਂ ਦਾ। ਔਰ ਮਾਸ਼ਾਅੱਲਾ ਪੱਠ ਵੀ ਵੇਖਦੇ ਪਏ ਨੇ ਕਿਹੜੀ ਮੋਟੀ ਮਾਸ਼ਾਅੱਲਾ ਪੱਠ। ਸਿਰਫ ਇੱਕ ਹੀ ਹੁੰਦਾ ਵੀਰਾ ਕਿ ਚੰਗੇ ਦੁੱਧ ਦੋਵੇਂ ਬੱਕਰੀ ਦੇ ਥੱਲੇ, ਅਤੇ ਮਾਸ਼ਾਅੱਲਾ ਪੱਠ ਵੀ ਸੋਹਣੀ ਹੁੰਦੀ ਔਰ ਡਬਲ ਹੱਡੀ 'ਚ ਹੁੰਦੀ ਹੈ। ਅਤੇ ਅੱਲਾ ਖੈਰ ਕੀਤਾ ਜਿਸ ਰਾਈਡ 'ਤੇ ਵੀਰਾ ਤੁਹਾਨੂੰ ਇਹ ਜਾਨਵਰ ਮਿਲ ਸੀ, ਇਨਸ਼ਾਅੱਲਾ ਤੁਹਾਡਾ ਰੂਹ ਖੁਸ਼ ਹੋ ਸੀ। ਅਤੇ ਅੱਲਾ ਖੈਰ ਕੀਤਾ 2 ਮਹੀਨਾ ਬਾਅਦ ਇਸ ਪੱਠ ਵੀ ਪਈ ਵੀਰਾ ਪੈਸੇ ਪੂਰੇ ਕਰ ਜਾ ਸੀ। ਔਰ ਜਨਾਬ ਇਹਦੇ ਰੇਟ ਦੀ ਗੱਲ ਕੀਤੀ ਜਾਵੇ, ਜਨਾਬ ਇਸ ਦੇ ਰੇਟ ਦਾ ਤੁਸੀਂ ਮੰਡੀ 'ਚ ਅੰਦਾਜ਼ਾ ਲਾ ਲਓ ਜਾਂ ਕਿਸੇ ਅਯਾਲੀ ਕੋਲ ਪੁੱਛ ਲਓ ਜਾਂ ਕਿਸੇ ਫਾਰਮ ਵਾਲੇ ਕੋਲ, ਤਾਂ ਕਮ ਅਜ਼ ਕਮ ਤੁਹਾਡੇ ਕੋਲ 55-50 ਹਜ਼ਾਰ ਮੁੱਲ ਕਰ ਸੀ। ਲੇਕਿਨ ਸਾਡਾ ਕੀ ਰੇਟ ਹੋ ਸੀ, ਇਨਸ਼ਾਅੱਲਾ ਤੁਹਾਡੀ ਸੋਚ ਤੋਂ ਵੀਰਾ ਕਾਮ ਰਾਈਟ 'ਤੇ ਦੇਵਾਂਗੇ। ਅਤੇ ਲਓ ਵੀਰਾ ਪੱਠ ਵੇਖੋ ਮਾਸ਼ਾਅੱਲਾ ਕਿਤਨੀ ਐਕਟਿਵ ਔਰ ਤੇਜ਼ ਮਾਸ਼ਾਅੱਲਾ ਪੱਠੀ ਸੂ ਔਰ ਹੁਸਨ ਵਾਲੀ ਪੱਠ ਹੈ। ਅਤੇ ਦੁੱਧ ਮਾਸ਼ਾਅੱਲਾ ਮਾਸ਼ਾਅੱਲਾ ਕਾਫੀ ਜ਼ਿਆਦਾ ਇਸ ਤੋਂ। ਤਾਂ ਲਓ ਵੀਰਾ ਆਪਣੇ ਬੱਚੇ ਨੂੰ ਚੱਟ ਰਹੀ ਹੈ, ਵੇਖ ਸਕਦੇ ਨੇ ਸੁੰਘ ਰਹੀ ਹੈ ਮਾਸ਼ਾਅੱਲਾ, ਕਿਉਂਕਿ ਜਦੋਂ ਬੱਚਾ ਆਪਣਾ ਨਾਂ ਆਉਂਦਾ ਤਾਂ ਕਦੀ ਵੀ ਦੁੱਧ ਨਹੀਂ ਪਿਲਾਉਣਾ ਸੀ। ਅਤੇ ਹੁਸਨ ਵਾਲੀ ਚੀਜ਼ ਹੈ। ਤਾਂ ਲਓ ਵੀਰਾ ਟੋਰ ਫਿਰ ਕੇ ਵਿਖਾ ਰਹੇ ਕਿ ਤੁਹਾਨੂੰ ਪਤਾ ਲੱਗੇ ਕਿ ਸਿਹਤਮੰਦ ਔਰ ਮਾਸ਼ਾਅੱਲਾ ਐਕਟਿਵ ਹੈ, ਕੋਈ ਲੰਗੜੀ ਲੂਲੀ ਨਹੀਂ। ਅਤੇ ਲਓ ਜਨਾਬ ਇਸ ਤੋਂ ਬਾਅਦ ਬਲੈਕ ਬੀਤਲ ਅੰਮ੍ਰਿਤਸਰੀ ਮਾਸ਼ਾਅੱਲਾ ਆ ਗਏ ਨੇ, ਚੰਗੇ ਹਾਈਟ ਕੱਦ ਦੇ ਵਿੱਚ ਨੇ ਔਰ ਮਾਸ਼ਾਅੱਲਾ ਪਹਿਲੇ ਸੂਬੇ ਦੇ ਵਿੱਚ ਨੇ। ਅਤੇ ਹਾਈਟ ਕੱਦ ਚੈੱਕ ਕਰੋ ਮਾਸ਼ਾਅੱਲਾ, ਹੁਸਨ ਖੂਬਸੂਰਤੀ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਮਾਸ਼ਾਅੱਲਾ, ਧਮਕਦਾਰ ਪਸ਼ਮ ਦੇ ਵਿੱਚ ਔਰ ਚੰਗੀ ਲੰਬੀ ਵੇਰ, ਲੰਬੀ ਗਰਦਨ ਦੇ ਵਿੱਚ। ਅਤੇ ਕੰਨਾਂ ਦੇ ਲਾਪਰ ਵੀਰਾ ਚੈੱਕ ਕਰੋ, ਚੰਗੇ ਲੰਬੇ ਕੰਨ ਇਸੂ ਔਰ ਬਿਲਕੁਲ ਵਾਈਟ ਅੱਖ ਦੇ ਵਿੱਚ ਔਰ ਚਿਪਟੇ ਸਿੰਘ। ਅਤੇ ਦੋਵੇਂ ਵੇਖੋ ਬਿਲਕੁਲ ਤੀਰ ਵਾਲੀ ਕਰ ਸਿੱਧੀ ਔਰ ਮਾਸ਼ਾਅੱਲਾ ਪੱਠ ਵੇਖੋ ਕਿਤਨੀ ਮਾਸ਼ਾਅੱਲਾ, ਹੁਸਨ ਵਾਲੀ ਮਾਸ਼ਾਅੱਲਾ ਪੱਠ ਦਿੱਤੀ ਸੂ। ਅਤੇ ਜਨਾਬ ਇਹ ਮਾਸ਼ਾਅੱਲਾ ਆਪਣੇ ਪੰਜਾਬ ਦੀ ਸਭ ਤੋਂ ਮਹਿੰਗੀ ਤਰੀ ਨਸਲ ਹੈ ਮਾਸ਼ਾਅੱਲਾ, ਸ਼ੁਮਾਰ ਹੁੰਦਾ ਜਿਹੜੇ 3 ਜਾਨਵਰ ਤੁਹਾਨੂੰ ਚੈੱਕ ਕਰਵਾ ਰਹੇ ਹਾਂ। ਕਿਤਨੀ ਮਾਸ਼ਾਅੱਲਾ ਪਿਆਰੀ ਮਾਸ਼ਾਅੱਲਾ ਖੂਬਸੂਰਤ ਪੱਠ ਹੈ। ਤਾਂ ਲਓ ਵੀਰਾ ਦੁੱਧ ਪੀ ਰਹੀ ਹੈ ਮਾਸ਼ਾਅੱਲਾ, ਖੂਬਸੂਰਤੀ ਚੈੱਕ ਕਰੋ ਵੀਰਾ, ਇਹ ਵੇਖੋ ਕਰੋ ਕਿ ਫਾਇਦੇ ਦੀ ਚੀਜ਼ ਹੈ। ਔਰ ਮਾਸ਼ਾਅੱਲਾ ਸੂਆ ਸੂਈ ਹੋਈ ਹੈ ਪਹਿਲੇ ਸੂਬੇ ਦੇ ਵਿੱਚ ਨੇ, ਚੰਗੇ ਹਾਈਟ ਕੱਦ ਦੇ ਵਿੱਚ। ਅਤੇ ਇਹ ਚੀਜ਼ ਆਉਂਦੀ ਕਿਸੇ ਅਯਾਲੀ ਕੋਲ ਪੁੱਛੋ ਜਾਂ ਮੰਡੀ ਵਾਲੇ ਕੋਲ ਪੁੱਛੋ, ਅਤੇ ਅਸਾਂ ਜੀ ਇਹ 70 ਹਜ਼ਾਰ ਵਧੀਆ, 60 ਹਜ਼ਾਰ ਤੋਂ ਗਾਣੀ ਦੇਵਾਂਗੇ। ਲਓ ਜੀ 55 ਹਜ਼ਾਰ ਤੋਂ ਗਾਣੀ ਦੇਵਾਂਗੇ। ਲੇਕਿਨ ਇਨਸ਼ਾਅੱਲਾ ਜੇ ਤੁਸੀਂ ਕਾਲ ਕਰਿਆ, ਤੁਹਾਡੀ ਕਾਲ ਦੀ ਰਿਸਪੈਕਟ ਹੋ ਸੀ ਔਰ ਤੁਹਾਡੀ ਸੋਚ ਤੋਂ ਵੀ ਇਨਸ਼ਾਅੱਲਾ ਕੰਮ ਰਾਈਟ 'ਤੇ ਦੇਵਾਂਗੇ। ਅਤੇ ਚੰਗੇ ਹਾਈਟ ਕੱਦ ਦੇ ਵਿੱਚ, ਛੋਟੇ ਮੋਟੇ ਹਾਈਟ ਕੱਦ ਦੇ ਵੀਰਾ ਬਿਲਕੁਲ ਨਾ ਸਮਝਿਆ ਹੈ। ਅਤੇ ਮਾਸ਼ਾਅੱਲਾ ਹੁਸਨ ਔਰ ਖੂਬਸੂਰਤੀ ਉਹ ਤੁਹਾਡੀ ਅੱਖਾਂ ਦੇ ਸਾਹਮਣੇ, ਬੰਦਾ ਜਿੰਨੀਆਂ ਗੱਲਾਂ ਕਰੇ ਵੀਰਾ ਫਾਇਦਾ ਨਹੀਂ ਆਉਂਦਾ। ਅਤੇ ਇਸ ਤੋਂ ਬਾਅਦ ਤੁਹਾਨੂੰ ਟੋਰ ਫਿਰ ਕੇ ਵਿਖਾ ਰਿਹਾ, ਲਓ ਵੀਰਾ ਚੈੱਕ ਕਰ ਲਓ। ਔਰ ਚਾਰਾ ਵੀ ਨਾਲ ਖਵਾ ਕੇ ਵਿਖਾਉਣ ਦਾ ਮਕਸਦ ਇਹ ਹੁੰਦਾ ਕਿ ਤੁਹਾਨੂੰ ਪਤਾ ਲੱਗੇ ਕਿ ਸਿਹਤਮੰਦ ਚੀਜ਼ ਹੈ, ਕੋਈ ਬਿਮਾਰ ਵਗੈਰਾ ਨਹੀਂ ਮਾਸ਼ਾਅੱਲਾ। ਅਤੇ ਲਓ ਵੀਰਾ ਇਸ ਤੋਂ ਬਾਅਦ ਆ ਗਈ ਮਾਸ਼ਾਅੱਲਾ ਬਲੈਕ ਮੱਖੀ ਚੀਨੀ ਮੱਝ ਨਸਲ ਦੇ। ਲਓ ਜਨਾਬ ਪੱਠ ਹੁਸਨ ਚੈੱਕ ਕਰੋ ਪੱਠ ਦਾ ਮਾਸ਼ਾਅੱਲਾ। ਔਰ ਲਓ ਜਨਾਬ ਖੂਬਸੂਰਤੀ ਔਰ ਕੁਆਲਿਟੀ ਮਾਸ਼ਾਅੱਲਾ ਅਖੀਰ ਦੀ ਹੈ ਜੀ। ਦੁੱਧ ਵਾਸਤੇ ਸਾਨੂੰ ਵੀਰਾ ਬੱਕਰੀ ਚਾਹੀਦੀ ਹੈ। ਤਾਂ ਲਓ ਜਨਾਬ ਮਾਸ਼ਾਅੱਲਾ ਹੈਵੀ ਕੁਆਲਿਟੀ ਨੇ ਦੁੱਧ ਵਾਸਤੇ।
ਵਾਸਤੇ ਮਾਸ਼ਾਅੱਲਾ। ਔਰ ਪਹਿਲੇ ਸੂਰਤ ਵਿੱਚ ਹੀ ਨੇ, ਔਰ ਹੁਸਨ ਔਰ ਕੁਆਲਿਟੀ ਲੰਬੀ ਗਰਦਨ ਦੇ ਵਿੱਚ ਨੇ, ਔਰ ਚੰਗੀ ਲੰਬੀ ਵੇਲ ਵਿੱਚ ਪਈ, ਔਰ ਬਿਲਕੁਲ ਬਰਾਬਰ ਦਾ ਥੱਲਾ ਤੇ ਹਵਾਨਾ ਚੱਡਾ ਹੀ ਤੁਹਾਨੂੰ ਚੈੱਕ ਕਰਾਵਾਂਗੇ। ਮੂੰਹ ਪੜ ਕੇ ਵਿਖਾ ਰਹੇ ਲਓ ਵੀਰਾ, ਚੌਕੀ ਹੈ 6 ਦੰਦ ਹੋ ਰਹੀ ਹੈ, ਤਾਂ ਲਓ ਵੀਰਾ ਹਵਾਨਾ ਚੱਡਾ ਮਾਸ਼ਾਅੱਲਾ ਚੈੱਕ ਕਰੋ ਜਿਵੇਂ ਮਾਸ਼ਾਅੱਲਾ ਫ੍ਰੀਜ਼ਨ ਗਾਈ ਦਾ ਹੁੰਦਾ ਮਾਸ਼ਾਅੱਲਾ, ਬਿਲਕੁਲ ਬਰਾਬਰ ਦਾ ਤੇ ਖੜ ਛੜ ਨਹੀਂ ਮਾਰਾ, ਬਿਲਕੁਲ ਨਰਮ ਥਣ ਔਰ ਬਿਲਕੁਲ ਬਰਾਬਰ ਦੇ ਥਣ ਵੀਰਾ। ਦੁੱਧ ਦੀ ਗੱਲ ਕੀਤੀ ਜਾਵੇ ਤਾਂ 1.5 ਤੋਂ 2 ਕਿਲੋ ਦੁੱਧ ਦੇ, 2 ਟਾਈਮਾਂ ਦਾ, 1 ਟਾਈਮ ਦਾ ਨਹੀਂ ਵੀਰਾ। ਔਰ ਮਾਸ਼ਾਅੱਲਾ ਬੱਚਾ ਦਿਨਾਂ 'ਚ ਚੜੇਗਾ ਇਨਸ਼ਾਅੱਲਾ, ਜਿਵੇਂ ਦਾ ਮਾਸ਼ਾਅੱਲਾ ਹਵਾਨਾ ਚੱਡਾ ਹੈ, ਤੇ ਵੇਖ ਲਓ ਨਾ ਕਿ ਪਹਿਲੇ ਸੂਰਤ ਦੇ ਵਿੱਚ ਵੀ ਵੀਰਾ ਇਤਨਾ ਹਵਾਨਾ ਚੱਡਾ ਬੜਾ ਮਾਇਨੇ ਰੱਖਦਾ ਪਿਆ ਬੱਕਰੀ ਦਾ, ਇਸ ਗੱਲ ਨੂੰ ਵੀਰਾ ਗੌਰ ਕੀਤਾ ਕਰੋ। ਤੇ ਜਨਾਬ ਰੇਟ ਦੀ ਗੱਲ ਕੀਤੀ ਜਾਵੇ, ਕੋਈ ਅਸੀਂ 60,000 ਨਹੀਂ ਆਉਂਦੇ ਜੀ, 50,000 ਨਹੀਂ ਆਉਂਦੇ ਹੈ, 40,000 ਹੀ ਨਹੀਂ ਆਉਂਦੇ, ਇਸ ਤੋਂ ਵੀ ਕਮ ਰੇਟ ਦੇ ਦੇਵਾਂਗੇ ਇਨਸ਼ਾਅੱਲਾ। ਤੁਸੀਂ ਕਾਲ ਕਰਨੀ ਵੀਰਾ, ਤੁਹਾਡੇ ਕਾਲ ਦੀ ਰਿਸਪੈਕਟ ਨਾ ਹੋਵੇ, ਇੱਜ਼ਤ ਨਾ ਹੋਵੇ, ਫਿਰ ਤੁਸੀਂ ਆਹ ਫੌਜੀ ਭਾਈ ਵਾਕਈ ਤੁਸੀਂ ਗਲਤ ਗੱਲ ਕੀਤੀ ਹੈ ਇਨਸ਼ਾਅੱਲਾ। ਜਿਹੜਾ ਵੀਰਾ ਸਕਰੀਨ ਦਾ ਨੰਬਰ ਚੱਲਦਾ ਪਿਆ, ਇਸੇ ਰਾਬਤਾ ਕਰ ਸੀ ਇਨਸ਼ਾਅੱਲਾ, ਅੱਲਾ ਦੇ ਫਜ਼ਲੋ ਕਰਮ ਨਾਲ ਫਾਇਦੇ 'ਚ ਰਾਸੀ। ਜਨਾਬ ਜਿਹੜੇ 3 ਜਾਨਵਰ ਇਕੱਠੇ ਲਈ ਸੀ ਉਸ ਨੂੰ ਫਾਇਦੇ 'ਚ ਰਾਸੀ, ਬਿਲਕੁਲ ਸਸਤੇ ਰੇਟ 'ਤੇ ਦੇਵਾਂਗੇ ਔਰ ਸਸਤੇ ਪੈਕੇਜ 'ਤੇ ਲਓ ਵੀਰਾ। ਮਾਸ਼ਾਅੱਲਾ ਭਰ ਦੁੱਧ ਪੀ ਰਹੀ ਹੈ, ਲੇਕਿਨ ਅੱਲਾ ਦੇ ਫਜ਼ਲੋ ਕਰਮ ਨਾਲ ਇਸ ਭਰ ਤੂੰ ਕਾਫੀ ਜ਼ਿਆਦਾ ਦੁੱਧ ਹੈ, ਤਾਂ ਲਓ ਵੀਰਾ ਆਪਣੇ ਬੱਚੇ ਨੂੰ ਚੱਟ ਰਹੀ ਹੈ, ਫੁੱਲ ਪਰੂਫ ਦੇ ਰਿਹਾ ਕਿ ਬਾਈ ਇਹਨਾਂ ਦੇ ਬੱਚੇ ਨੂੰ ਪੈ, ਤਾਂ ਲਓ ਵੀਰਾ ਚਾਰਾ ਫਿਰ ਖਵਾ ਕੇ ਵਿਖਾ ਰਹੇ ਕਿ ਤੁਹਾਨੂੰ ਪਤਾ ਲੱਗੇ ਕਿ ਸਿਹਤਮੰਦ ਔਰ ਮਾਸ਼ਾਅੱਲਾ ਐਕਟਿਵ ਨੇ। ਕੰਨਾਂ ਦੇ ਲਾਪਰ ਚੈੱਕ ਕਰੋ, ਵੇਲ ਚੈੱਕ ਕਰੋ, ਦੋਮ ਚੈੱਕ ਕਰੋ, ਹਰ ਪੁਆਇੰਟ ਵਾਲੋ A+ ਹੈ। ਤੇ ਜਿਸ ਵੀਰਾਂ ਨੂੰ ਚਾਹੀਦੀ ਜਨਾਬ ਸਕਰੀਨ ਤੇ ਨੰਬਰ ਚੱਲਦਾ ਪਿਆ, ਇਸ ਤੇ ਰਾਬਤਾ ਕਰ ਲਵੇ ਇਨਸ਼ਾਅੱਲਾ, ਅੱਲਾ ਦੇ ਫਜ਼ਲੋ ਕਰਮ ਨਾਲ ਪਿਆਰ ਮੁਹੱਬਤ ਰੈਲੀ ਸਾਹਿਬ। ਓਕੇ ਜਨਾਬ।